ਬੈਠ ਜਾ। ਹਾਂਜੀ ਫਰੈਂਡਸ, ਕਿਵੇਂ ਹੋ ਜੀ ਸਾਰੇ, ਸਵਾਗਤ ਹੈ ਤੁਹਾਡਾ ਸਾਡੇ ਯੂਟਿਊਬ ਚੈਨਲ ਤੇ ਇੱਕ ਹੋਰ ਵੀਡੀਓ ਚ। ਤੇ ਆਪਾਂ ਅੱਜ ਦਿਨ ਹੈਗਾ ਸ਼ਨੀਵਾਰ, ਤਰੀਕ ਹੈਗੀ ਹੈ 6 ਜਨਵਰੀ, ਤੇ ਆਪਾਂ ਬੜੇ ਚਿਰਾਂ ਬਾਅਦ ਅੱਜ ਆ ਰਹੇ ਹਾਂ ਮੰਡੀ 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 ਪਾਓ ਡੰਡੀ ਡੰਡੀ ਡੰਡੀ। ਆਪਾਂ ਜਾ ਰਹੇ ਹਾਂ ਜੀ ਮੰਡੀ ਕਿਉਂਕਿ ਆਪਾਂ ਲੈਣੀਆਂ ਨੇ ਗਾਜਰਾਂ। ਆ ਗਿਆ ਲਵਲੀ, ਆ ਲਵਲੀ ਦੀ ਗੱਡੀ ਆ, ਉਹ ਦੇਖ ਲਵਲੀ ਦੀਆਂ ਮੁੱਛਾਂ, ਭਾਵੇਂ ਨਿੰਬੂ ਖੜਾ ਕਰ ਲਓ ਸਾਡੇ ਭਾਈ, ਸਾਡੇ ਲਵਲੀ ਬਾਈ ਦੀਆਂ ਮੁੱਛਾਂ ਦੇ ਤੋਂ ਐਡੇ ਸੋਹਣੇ ਸੋਹਣੇ। ਹਾਂਜੀ ਬੋਲੋ ਬੋਲੋ। ਮੈਂ ਕਿਹਾ ਨਾ ਆਪਣੀ ਆਪਣੀ ਬੀਬੀ ਕੋ ਬਤਾਇਆ ਕਿ ਮੈਨੇ ਕੀ ਕਰਨਾ ਹੈ। ਕੀ ਕਰਨਾ ਹੈ? ਗਾਜਰ ਬਾਗ ਬਣਾਉਣਾ ਹੈ। ਅੱਛਾ ਅੱਛਾ। ਔਰ ਕਿਸੇ ਕੋ ਨਹੀਂ ਬਤਾਇਆ? ਕਿਹੜੀ ਬੀਬੀ ਨੂੰ ਬਤਾਇਆ? ਨੀਚੇ ਵਾਲੀ ਨੂੰ ਕਿ ਉੱਪਰ ਵਾਲੀ ਨੂੰ? ਉੱਧਰ ਵਾਲੀ ਨੂੰ। ਅੱਛਾ ਚਲੋ, ਇੱਕ ਵਾਰ ਬਤਾਇਆ। ਵਾਹਿਗੁਰੂ ਸੱਚੇ ਪਾਤਸ਼ਾਹ ਮਿਹਰ ਕਰੀ। ਤੇ ਚਲੋ ਮੇਰੇ ਸਕੂਲ ਦੀ ਚਲੀਏ ਜੀ ਆਪਾਂ ਮੰਡੀ, ਐਰੋ ਸਿਟੀ ਵਾਲੀ ਮੰਡੀ। ਬੜੇ ਦਿਨਾਂ ਬਾਅਦ ਜਾ ਰਹੇ ਅੱਜ, ਤੇ ਮਿਲਦੇ ਆ ਤੁਹਾਨੂੰ ਫਿਰ ਮੰਡੀ ਪਹੁੰਚੀਏ ਇੱਕ ਵਾਰ। ਲੋ ਬਈ ਆਇਆ ਸਾਡੀ ਪਰੀ ਰਾਣੀ, ਤੇ ਹੁਣ ਆਪਾਂ ਜਾਣਾ ਹੈਗਾ ਮੰਡੀ। ਆ ਗਏ ਆਪਣੀ ਗੱਡੀ ਜਿਹੜੀ ਮੁੜ ਗਈ ਹੈ ਜੀ ਵੱਲ ਮੰਡੀ, ਇੱਥੋਂ 200 ਮੀਟਰ ਤੇ ਲੱਗਦੀ ਹੈ ਇੱਕ ਸਭ ਜੀ ਮੰਡੀ, ਮੋਹਾਲੀ ਸਿਟੀ ਸੈਂਟਰ ਇੱਕ ਨੰਬਰ ਬੜਾ ਦਾ। ਉਦੋਂ ਤਾਂ ਫਿਰ ਕੋਈ ਨੀ, ਕੱਲ ਨੂੰ ਬੜਾ ਹੋਣਾ ਬੱਚੇ ਨੇ ਫਿਰ ਆ ਜੂਗੀ। ਦੇ ਆ ਇਹਨੂੰ, ਉਸਕਾ ਗੁੰਨੇ ਕਾ ਕਿਆ ਦਾ, ਮੈਨੂੰ ਦਿਖਾਇਆ ਨੀ ਉਸਕਾ ਮੁੰਡੇ ਕਾ ਕਿਆ ਲੈ ਦੇ ਤਾ ਮੈਂ। ਅੱਛਾ ਰੱਸੀ ਬੰਨਿਆ ਖਿੱਚਣੇ ਵਾਲਾ ਲੈ ਦੇ 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 ਸਭ ਕੇ ਟੋਏ ਸਭ ਨੂੰ ਦੇ ਤੇ ਡਿਸਟ੍ਰੀਬਿਊਟ ਕਰਤੇ, ਰਿਟਰਨ ਗਿਫਟ ਕਰਤੇ, ਓਕੇ ਦੀ ਰਿਪੋਰਟ ਹੋ ਗਈ। ਚਲੋ ਅੱਛਾ, ਹੁਣ ਆਪਾਂ ਕਿੱਥੇ ਆਏ ਹਾਂ? ਮੰਡੀ, ਸੱਚੀ ਮੰਡੀ ਖਾ ਲਓ ਪੰਡੀ। ਕਿਆ ਲੈਣਾ ਆਪਾਂ ਨੇ? ਤੇ ਕਿਆ ਲੈਣਾ ਹੈ ਆਪਾਂ ਪਰਗੁਣ? ਗਾਜਰ। ਕਿਆ ਬਣਾਉਣਾ ਹੁੰਦਾ ਫਿਰ ਆਪਾਂ ਨੇ? ਗਾਜਰ ਪਾਕ। ਗਜਰ ਪਾਕ, ਕਈ ਕਹਿੰਦੇ ਆ ਗਜਰੇਲਾ, ਕਈ ਗਜਰ ਪਾਕ, ਕਈ ਗਾਜਰਾਂ ਦਾ ਕੜਾਹ ਵੀ ਕਹਿੰਦੇ ਨੇ। ਪਰ ਮਿੱਤਰੋ ਅਸੀਂ ਕਹਿੰਦੇ ਆ ਗਾਜਰ ਪਾਕ, ਗਾਜਰ ਪਾਕ। ਆ ਦੇਖੋ ਉਰੇ ਲੱਗੇਗਾ ਮੋਹਾਲੀ। ਸਾਨੂੰ ਖਾਣਾ ਜੇ ਖੋਆ, ਖਾਣਾ ਜੇ ਖੋਆ, ਤੇ ਕੀ ਏ ਮੇਰੇ ਮੋਆ, ਮੋਏ ਮੋਏ ਖਾਏ ਖੋਏ ਖੋਏ ਗਜਰ ਪਾਕ। ਫਿਰ ਵੀ ਮੰਡੀ ਦੇ ਅੰਦਰ ਦੌਰਾ ਕਰਕੇ ਇੱਕ ਵਾਰ ਸਾਰੀ ਮੰਡੀ ਦਾ ਰਿਵਿਊ ਲੈ ਕੇ ਆਵਾਂਗੇ। ਕੋਈ ਨੀ ਕੋਈ ਨੀ, ਆਪਾਂ ਗਾਜਰਾਂ 4 ਕਿਲੋ ਹੀ ਲੈਣੀਆਂ ਬਸ। ਤੇ ਚਲੋ ਜੀ ਚੱਲਦੇ ਆ, ਹੁਣ ਆਪਾਂ ਗੱਡੀ ਲਾਈਏ। ਦੁੱਧ 7 ਕਿਲੋ ਆ ਯਾਰ, ਉਸਕਾ ਸਾਹਿਬ ਦੇਖ ਲਾਂਗੇ ਆਪਾਂ, ਹੈਨਾ। ਤੇ ਗੱਡੀ ਕਿੱਥੇ ਲਾਈਏ, ਗੱਡੀ ਕਿੱਥੇ ਲਾਈਏ, ਗੱਡੀ ਕਿੱਥੇ ਲਾਈਏ? ਹੈਂ, ਉੱਥੇ ਲਾ ਦੋ ਨਾ, ਇੱਥੇ ਥਾਰ ਖੜੀ ਹੈ। ਅੱਛਾ ਅੱਛਾ, ਉੱਥੇ ਲਾ ਦਈਏ। ਚਲੋ ਫਿਰ ਉੱਥੇ ਲਾ ਦਈਏ ਭਾਈ ਗੱਡੀ, ਤੇ ਫਿਰ ਚੱਲਦੇ ਆ ਉੱਥੇ ਲੱਗ ਜਾ। ਇਹ ਦੇਖੋ, ਇਹ ਲੱਗਦੀ ਆ ਰੁਦਰਾ ਇੰਟਰਨੈਸ਼ਨਲ ਸਕੂਲ ਦੇ ਬਾਹਰ ਮੰਡੀ, ਹਰ ਸ਼ਨੀਵਾਰ ਨੂੰ ਪੈਂਦੀ ਯਾਰ ਡੰਡੀ ਡੰਡੀ। ਆ ਜਾ ਵੀ, ਆ ਜਾ ਵੀ, ਆ ਜਾ। ਗੋਭੀਆਂ 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 ਮੰਡੀ ਮੇ ਗਾਜਰ ਗੋਭੀ। ਕਿੱਧਰ ਇੱਧਰ ਨੂੰ ਚੱਲੀਏ ਪਹਿਲਾਂ? ਇੱਧਰ ਨੂੰ ਘੁੰਮੀਏ ਜੀ ਮੰਡੀ, ਤੇ ਦੇਖੀਏ ਫਿਰ ਪਾਈਏ ਡੰਡੀ। ਸਾਰੀਆਂ ਸਬਜ਼ੀਆਂ ਸੀਗੀਆਂ ਕੱਚਾ ਪਰੋ।
ਵੀ ਮਿੱਤਰੋ ਤਿਆਰੀ ਹੋ ਗਈ ਜੀ, ਹੁਣ ਬਣਾਵਾਂਗੇ ਗਾਜਰ ਪਾਕ। ਗਾਜਰਾਂ ਕਿੱਥੇ ਆਪਣੀਆਂ ਸਾਰੀਆਂ? ਅੱਛਾ ਗਾਜਰਾਂ ਇਸਕੇ ਅੰਦਰ ਹੈ ਅਤੇ ਦੁੱਧ ਵੀ ਆਇਆ ਵਾ ਅਤੇ ਆਹ ਦੇਖੋ ਮੈਂ ਧੋਈ ਆ, ਰਗੜ ਰਗੜ ਕਾਲੀ ਹੋਈ ਵੀ ਤੀ ਲਿਟਰਲੀ। ਆਹ ਧੋਣ ਤੋਂ ਬਾਅਦ ਫਿਰ ਆ ਪਤਾ ਨਹੀਂ ਕਿਆ ਜੰਮ ਗਿਆ, ਦੇਖਿਓ ਦੇਖਿਓ ਹੁਣ ਇਹਦੇ 'ਤੇ ਸਿਰਫ ਸਾਫ਼ ਕੱਪੜਾ ਮਾਰਾਂਗਾ। ਆਹ ਧੋਣ ਤੋਂ ਬਾਅਦ ਫਿਰ ਸੁੱਕੀ ਸੁੱਕੇ 'ਚ ਫਿਰ ਆ ਦੇਖਿਓ ਕਿਆ ਜੰਮ ਗਿਆ, ਪਤਾ ਨਹੀਂ ਉਹ ਕੋਈ ਲੈ ਕੇ ਗਏ ਅਤੇ ਉਹਨਾਂ ਨੇ ਪਾਣੀ ਗਰਮ ਕਰ ਅਤੇ ਕਿਆ ਤਾਂ ਕਾਲਾ ਕਾਲਾ ਜਿਹਾ ਕੁਝ ਜੰਮਿਆ ਪਤਾ, ਬੜਾ ਔਖਾ ਰਗੜ ਰਗੜ ਲਾਇਆ, ਕੋਈ ਰਾਹ ਫਿਰ ਹੋ ਗਿਆ ਇਹਨੂੰ ਗਿੱਲੇ ਕੱਪੜੇ ਨਾਲ ਹੀ ਸਾਫ਼ ਕਰਦਾ। ਹਾਂਜੀ ਫਰੈਂਡਸ, ਕਿੱਦਾਂ ਸਾਰੇ? ਅੱਜ ਤੁਹਾਨੂੰ ਦਿਖਾਵਾਂਗੇ ਜੀ ਕਿ ਅਸੀਂ ਆਪਣੇ ਘਰ ਗਜਰੇਲਾ ਕਿਵੇਂ ਬਣਾਉਂਦੇ ਹਾਂ ਜੀ। ਆਪਾਂ ਦੋ ਰੈਸਪੀਆਂ ਨਾਲ ਬਣਾਉਂਦੇ ਹਾਂ, ਪਹਿਲਾਂ ਆਪਾਂ ਸ਼ੁਰੂ ਤਾਂ ਹੁਣ ਤੱਕ ਖੋਏ ਵਾਲਾ ਬਣਾ ਰਹੇ ਸੀਗੇ, ਅੱਜ ਆਪਾਂ ਬਣਾ ਰਹੇ ਹਾਂ ਦੁੱਧ ਵਾਲਾ। ਮਤਲਬ ਪਹਿਲਾਂ ਅਸੀਂ ਖੋਆ ਲਿਆ ਕੇ ਪਾਉਂਦੇ ਸੀਗੇ, ਦੁੱਧ ਨਾਲ ਦੁੱਧ 'ਚ ਨਹੀਂ ਪਾਉਂਦੇ ਸੀਗੇ, ਸਿੱਧਾ ਖੋਆ ਪਾਉਂਦੇ ਸੀ ਲਿਆ ਕੇ, ਪਰ ਹੁਣ ਆਪਾਂ ਬਣਾਉਣੀ ਅੱਜ ਦੁੱਧ ਵਾਲਾ ਗਜਰੇਲਾ। ਲਓ ਜੀ ਸਾਰਾ ਪਾ ਤਿਆ ਡਰਾਈ ਫਰੂਟ, ਕਰ ਰਿਹਾ ਹੁਣ ਪਾਣੀ ਪੀ ਲਈ ਗੁੱਸਾ ਜਿਹਾ, ਬਸ ਅੱਧੇ ਘੰਟੇ ਦੀ ਹੋਰ ਕੰਮ ਹੈ, ਤੁਹਾਨੂੰ ਉੱਪਰ ਕਰਤਾ ਵੀ 20 ਮਿੰਟ ਲੱਗਣਗੇ ਹੋਰ, ਹੈ ਨਾ 20 ਮਿੰਟ ਦਾ ਕੰਮ ਹੈ ਕਿ ਨਹੀਂ? ਘੰਟਾ ਹੋਰ ਲੱਗਣਾ ਵੀ ਕਹਿੰਦੇ, ਚਲੋ ਬੰਦਾ ਹੈਲਪਰ ਨਾਲ ਬੈਠ ਗਿਆ, ਕਹਿੰਦਾ ਚੱਲ ਮੈਂ ਵੀ ਬਹਿ ਜਾਂਦਾ, ਕਰਨਾ ਵੀ ਤਾਂ ਮਦਦ ਬੜਾ ਸੀ ਹੈ ਬਾਈ, ਸਾਰੀ ਮਦਦ ਦੇਖੋ। ਲੋ ਵੀ ਮਿੱਤਰੋ ਫਾਈਨਲੀ ਗਾਜਰ ਪਾਕ ਬਣ ਗਿਆ, ਬਹੁਤ ਸਵਾਦ ਬਣਿਆ, ਤਾਂ ਟੇਸਟ ਕਰ ਲਿਆ ਥੋੜ੍ਹਾ ਜਿਹਾ ਮਿੱਠਾ, ਚੈੱਕ ਕਰਨਾ ਤਾਂ ਉਹ ਕਰ ਲਿਆ। ਆਹ ਦੇਖੋ ਗਾਜਰ ਪਾਕ ਹੋ ਗਿਆ ਡਨ, ਚੀਨੀ ਹੋਰ ਪਾਣੀ ਪੈ ਗਈ, ਚੀਨੀ ਪਾ ਕੇ ਇਹਨੂੰ ਕਰੋ ਘੱਟ, ਬਹੁਤ ਥੋੜ੍ਹੀ ਚੀਨੀ ਜਿਹੜੀ ਪਾਈ ਮਿੱਠਾ ਉਹ ਕਰੋ ਜੀ ਨਾ। ਲੋ ਵੀ ਮਿੱਤਰਾ ਗਾਜਰ ਪਾਕ ਰੋੜੀ ਹੈ, ਇਹ ਦੇਖੋ ਆਹ ਕਮਰੇ 'ਚ ਕੁਛ ਨਹੀਂ ਹੋਇਆ, ਆਹ ਕਮਰੇ ਦੇਖੋ ਕਿਵੇਂ ਧੂੰਆਂ ਭਰ ਗਿਆ ਯਾਰ ਪੱਠੇ ਪੱਠੇ, ਅਤੇ ਥੋੜ੍ਹਾ ਜਿਹਾ ਰਸੋਈ 'ਚ ਵੀ ਹੋ ਗਿਆ, ਉਰੇ ਨਹੀਂ ਹੋਇਆ ਇੰਨਾ, ਰਸੋਈ 'ਚ ਵੀ ਹੋ ਗਿਆ, ਤਾਂ ਪਰ ਫਿਰ ਕੁੰਡਾ ਖੁੱਲਿਆ ਬਾਹਰ, ਮਤਲਬ ਥੋੜ੍ਹਾ ਜਿਹਾ ਠੀਕ ਥੋੜ੍ਹਾ ਜਿਹਾ ਕਰੋਸਿੰਗ ਹੋ ਜੂਗਾ, ਅਤੇ ਬਾਹਰ ਤੋਂ ਤੁਹਾਨੂੰ ਦਿਖਾਇਆ ਬਈ ਹੈ ਦੇਖੋ, ਬਾਹਰ ਦਾ ਪੂਰਾ ਗਾਹ ਪਿਆ ਪਿਆ। ਚਲੋ ਫਟਾਫਟ ਹੁਣ ਕਲੋਜ਼ ਅਪ ਕਰੀਏ ਇਹਨੂੰ ਸਾਰੇ ਨੂੰ, ਕਵਰ ਵੀ ਚੜ੍ਹੀ ਆ ਦੇਖੋ, ਆਹ ਦੇਖੋ ਸ਼ੀਸ਼ੇ ਦੇ ਨਾ ਜੰਮ ਗਈ ਨਾ, ਇੱਧਰ ਵੀ ਚੜ੍ਹ ਗਈ, ਅਤੇ ਆਹ ਕਮਰੇ 'ਚ ਤਾਂ ਉਹ ਸਿੱਸਾ ਪਿਆ ਦੇਖ ਉੱਥੇ, ਉਹ ਦੇਖੋ ਕਿਵੇਂ ਪਾਣੀ ਛੱਡ ਰਿਹਾ ਖਾਵਾਂ, ਆਹ ਦੇਖੋ ਕੋਈ ਦਾ ਦਿਲ, ਅਤੇ ਆਹ ਪਿਆ ਪਰਗੁਣ ਦਾ ਬਰਥਡੇ ਦਾ ਸਾਰਾ ਸਮਾਨ ਲਾਇਆ ਹੋਇਆ। ਚਲੋ ਲਓ ਵੀ ਮਿੱਤਰੋ ਇਹ ਹੈ ਜੀ ਫਾਈਨਲ ਰਿਜ਼ਲਟ, ਬਹੁਤ ਸਵਾਦ ਬਣਿਆ ਜੀ ਗਜਰੇਲਾ। ਆ ਲਓ ਜੀ ਚੈੱਕ ਕਰੋ ਡਰਾਈ ਫਰੂਟਾਂ ਦੀ ਕੁਆਲਿਟੀ ਵੀ, ਅਤੇ ਵੈਸੇ ਵੀ ਆ ਲਓ ਸ਼ਕੋ। ਅਤੇ ਹਾਂਜੀ ਗਾਈਸ, ਇਹ ਹੈ ਜੀ ਦੇਖੋ ਸਾਡੀ ਰਾਤ ਦੀ ਮਿਹਨਤ, ਬਾਬਾ ਮੇਰ ਕਰੇ ਦਿਨ ਚੜ੍ਹ ਗਿਆ ਸੀਗਾ, ਅਤੇ ਹੁਣ ਇਹਨੂੰ ਕਰੀਏ ਚੈੱਕ ਕਰੀਏ ਇੱਕ ਵਾਰ ਮਿੱਠਾ ਦਾ ਹਿਸਾਬ ਕਿਆ ਤਾਂ ਕਿਆ, ਇੱਕ ਵਾਰ ਥੋੜ੍ਹਾ ਜਿਹਾ ਹਿਲਾ ਲਈਏ, ਫਿਰ ਉਸ ਤੋਂ ਬਾਅਦ ਸਾਰਾ ਸੈੱਟ ਕਰਕੇ ਫਿਰ ਕਰਦੇ ਹਾਂ, ਕਰਦਾ ਜੀ ਮੈਂ ਤੁਹਾਨੂੰ ਹੁਣ। ਹਾਂਜੀ ਫਰੈਂਡਸ, ਕਿੱਦਾਂ ਸਾਰੇ? ਸਵਾਗਤ ਹੈ ਜੀ ਤੁਹਾਡਾ ਸਾਡੇ ਯੂਟਿਊਬ ਚੈਨਲ 'ਤੇ, ਜਿਹਦਾ ਨਾਮ ਹੈ ਪਰੀ ਵਲੌਗਸ ਯੂਟਿਊਬ ਚੈਨਲ। ਅਤੇ ਆਪਾਂ ਨਿਕਲੇ ਹਾਂ ਘਰੋਂ, ਟਾਈਮ ਹੋ ਗਿਆ ਦੇਖੋ ਜੀ 1 ਵਜੇ, ਆਪਾਂ ਜਾ ਰਹੇ ਹਾਂ ਅਮਰਾਵਾ ਮਾਮਾ ਜੀ ਦੇ ਘਰ, ਆਪਾਂ ਲੈ ਲਾਂ ਤੋਂ ਸਾਡਾ ਚਾਰ ਬਣਿਆ, ਮੇਰਾ ਘਰ ਦਾ ਚਾਰ ਬਣਿਆ ਮਾਮੀ ਨੇ ਸਪੈਸ਼ਲ, ਇੱਕ ਤਾਂ ਉਹ ਲੈ ਕੇ ਆਉਣਾ, ਇੱਕ ਤਾਂ ਕੰਮ ਹੈ ਕਰਨ ਚੱਲੇ ਹਾਂ, ਆਪਾਂ ਤੋਂ ਅਮਰਾਵਾ ਹੋ ਕੇ ਸਲੇਟਾ ਸਲੇਟੇ ਤੋਂ ਅਮਰਾਵਾ 1 ਵਜੇ 3:30 ਵਜੇ ਵਾਪਸ ਆਉਣਾ, ਫਿਰ ਕਰੇ ਹੱਥ ਦਲੀਆ ਬਣਾ ਕੇ ਮੱਥਾ ਟੇਕ ਕੇ ਆਉਣਾ।
ਰਾਤ ਜਿੰਨੀ ਧੁੰਦ ਦੀ ਨਾ ਹਟ ਗਈ, ਪਰ ਧੁੱਪ ਤਾਂ ਨਿਕਲਣਾ ਮੁਸ਼ਕਲ ਜਿਹਾ ਹੀ ਹੈ, ਪਰ ਤਕਰੀਬਨ ਧੁੰਦ ਹਟ ਗਈ। ਦੇਖੋ ਜੀ ਸਾਡੀ ਭਰੀ ਰਾਣੀ ਦੀ ਲੁੱਕ ਚੈੱਕ ਕਰੋ, ਦਿਖਾ ਜੀ ਪੂਰੀ ਹੈ ਕਹਿੰਦੀ ਮੈਂ ਉੱਪਰ ਨੂੰ ਕੁਛ ਨਹੀਂ ਪਾ ਕੇ ਜਾਣਾ, ਥੱਲੇ ਨੂੰ ਜੋ ਮਰਜ਼ੀ ਪਾ ਦਿਓ, ਮੈਂ ਆਪਣੀ ਲੁੱਕ ਨਹੀਂ ਖਰਾਬ ਕਰਨੀ ਕਿਹੜੀ। ਆਹ ਦੇਖ ਲਓ ਸਾਡੀ ਭਰੀ ਰਾਣੀ ਦੀ ਥੁੱਕ ਲੁੱਕ ਲਿਆਈ ਹੋਈ ਹੈ। ਅਤੇ ਚਲੋ ਜੀ ਚੱਲਦੇ ਹਾਂ ਨੱਤੀਆਂ ਭਰਾਵਾਂ ਬਾਇਆ ਸਨੀਟਾ ਹੁੰਦੇ ਹੋਏ, ਅਤੇ ਮਿਲਦੇ ਹਾਂ ਤੁਹਾਨੂੰ ਅੱਗੇ ਜਾ ਕੇ। ਸਾਡਾ ਜਿਹੜਾ ਫੂਡ ਵਾਲਾ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ ਰਾਤ, ਉਹਦੇ ਯੂਟਿਊਬ ਚੈਨਲ ਦਾ ਨਾਮ ਰੱਖਿਆ ਆਪਾਂ ਪੰਜਾਬੀ ਦੇਸੀ ਰੈਸਪੀ, ਪੰਜਾਬੀ ਸਟਾਈਲ ਰੈਸਪੀ, ਨੋਟ ਕਰ ਲਿਆ ਜੀ। ਉਹਦੇ 'ਤੇ ਤੁਹਾਨੂੰ ਦੇਸੀ ਤਰੀਕੇ ਨਾਲ ਕੁਇਕਲੀ ਚੀਜ਼ਾਂ ਬਣਾਉਣੀਆਂ, ਜਿਵੇਂ ਕੁਇਕਲੀ ਸੁੱਕੀ ਸਬਜ਼ੀ ਬਣਾਉਣੀ, ਤਰੀ ਵਾਲੀ ਸਬਜ਼ੀ ਕਿਵੇਂ ਬਣਾਉਣੀ ਹੈ, ਬਿਲਕੁਲ ਦੇਸੀ ਸਟਾਈਲ ਹੋਮ ਮੇਡ 'ਚ ਸਾਰਾ ਸਮਾਨ ਮਿਲੂਗਾ। ਪਹਿਲੀ ਵੀਡੀਓ ਉਹਦੇ 'ਤੇ ਆਏਗੀ ਜੀ ਘਰ ਦਾ ਦੇਸੀ ਸਟਾਈਲ ਦੁੱਧ ਵਾਲਾ ਗਜਰੇਲਾ, ਨਾ ਕਿ ਖੋਏ ਵਾਲਾ। ਕੱਲ੍ਹ ਸਵੇਰੇ ਆਉਣਗੇ ਆਲੂ ਵਾਲੇ, ਆਹ ਉਹ ਵੀ ਲਾਲ ਆਲੂ ਵਾਲੇ, ਤੁਹਾਨੂੰ ਦੱਸਾਂਗੇ ਕਿਹੜੇ ਆਲੂ ਦੇ ਪਰੌਂਠੇ ਸਭ ਤੋਂ ਵਧੀਆ ਬਣਦੇ ਆ। ਕਈ ਆਲੂਆਂ ਦੇ ਡਬਲ ਰੋਟੀ ਕਰਕੇ ਬਣੇ ਪੈਂਦੇ, ਜਿਹੜੇ ਅਸੀਂ ਕੱਲ੍ਹ ਬਣਾਵਾਂਗੇ ਲਾਲ ਆਲੂ ਵਾਲੇ, ਉਹ ਸਿੰਗਲ ਰੋਟੀ 'ਚ ਪਾ ਕੇ ਦਿਖਾਵਾਂਗੇ ਤੁਹਾਨੂੰ ਸਵੇਰੇ। ਅਤੇ ਚਲੋ ਪਹਿਲਾਂ ਤੁਸੀਂ ਇੰਜੋਏ ਕਰਿਓ ਅੱਜ ਗਜਰੇਲੇ ਵਾਲੀ ਵੀਡੀਓ। ਅਤੇ ਮੈਂ ਇਸੇ ਆਪਣੇ ਇਸ ਚੈਨਲ, ਜਿਹੜਾ ਮੇਰਾ ਚੈਨਲ ਹੈ ਪਾਪਾ ਐਂਡ ਪਰੀ ਵਲੋਗਸ, ਇਹਦੇ 'ਤੇ ਤਾਂ ਲਿੰਕ ਸ਼ੇਅਰ ਕਰ ਦੂੰਗਾ, ਟਾਈਟਲ ਸ਼ਾਰਟ ਵੀਡੀਓ ਬਣਾ ਕੇ ਪਾ ਦੂੰਗਾ ਅੱਜ ਮੈਂ ਥੋੜ੍ਹੀ ਦੇਰ ਤੱਕ। ਚਲੋ ਗੁਡ ਬਾਏ ਜੀ, ਬਾਏ ਕਰੋ ਜੀ, ਬਾਏ।